नमस्कार, आप देख रहे हैं प्राइम न्यूज 24। मैं हूं आपके साथ श्वेता सिंह। खबर पंजाब के बटाला से है, जहां बीती देर रात बटाला निवासी राहुल की गाड़ी कस्बा भागोवाल के नजदीक पेड़ से टकराई मिली और राहुल की लाश उसकी गाड़ी के नजदीक पड़ी मिली। सूचना मिलते ही घर वाले मौके पर पहुंचे और पुलिस को खबर की। मौके पर पहुंची पुलिस के द्वारा घर वालों के बयान के आधार पर IPC की धारा 304-120B के तहत केस दर्ज करते हुए आगे की कानूनी कार्यवाही शुरू कर दी गई। वहीं राहुल के पारिवारिक सदस्यों का ये कहना था कि राहुल बटाला बस अड्डे से कुछ लोगों के साथ अपनी गाड़ी में सवार होकर कलनौर की तरफ गया था और वापस आते समय उसके साथ ही घटना हो गई। पारिवारिक सदस्यों का ये कहना है कि राहुल की गाड़ी के साथ हादसा नहीं हुआ है, बल्कि उसकी हत्या कर उसको हादसे का रूप दे दिया गया है और उसके साथ जो लोग गाड़ी में सवार होकर गए थे उनको पकड़ा जाए और सख्ती से पूछताछ की जाए, तभी सच्चाई सामने आएगी। प्राइम न्यूज 24 के लिए जतेंद्र कुंडल की रिपोर्ट। मैनू ना अपने 10:30 बजे ना फोन आया है एक कि तुहानू एक फोटो पाई है तो फोटो चैक करो कि आपां मंडी का कारोबार आ साडा, आपां मंडी का कारोबार करते हैं तो तुहानू फोटो आई है तो एक फोटो चैक करो तो मंडी का बंदा वा कोई तो आपां फोटो चैक की उस फोटो नू वेख्या तो वो मेरा ब्रदर ही है, ताया जी का लड़का मेरे का। की नाम है? उन्हां दा नाम राहुल कुमार सी। ਕਿੰਨੀ ਉਮਰ ਉਹਨਾਂ ਦੀ ਹੈਗੀ ਜੀ? 32 ਸਾਲ ਉਮਰ ਹੈ ਜੀ, 31 ਤੋਂ 32 ਸਾਲ ਉਮਰ ਆ ਉਹਨਾਂ ਦੀ। ਅਤੇ ਉਹ ਇੱਥੋਂ ਗਏ ਨੇ, ਸ਼ਾਮ ਦੀ ਗੱਲ ਦੱਸ ਰਹੇ ਨੇ ਲੋਕ ਕਿ ਇੱਥੋਂ ਬੱਸ ਸਟੈਂਡ ਤੋਂ ਬਹਿ ਕੇ ਗਏ ਨੇ ਮੁੰਡਿਆਂ ਦੇ ਨਾਲ ਗੱਡੀ ਦੇ ਵਿੱਚ। ਅਤੇ ਜਦੋਂ ਫੋਨ ਆਇਆ ਤਾਂ ਆਪਾਂ ਫੋਨ ਦੇ ਵਿੱਚ ਵੇਖੀ ਫੋਟੋ ਅਤੇ ਉਹਨਾਂ ਦੀ ਨਾ ਡੈੱਡ ਬੋਡੀ ਦੇਖੀ ਆਪਾਂ। ਅਤੇ ਬਾਅਦ ਵਿੱਚ ਸਾਨੂੰ ਮਗਰੋਂ ਫੋਨ ਆਇਆ ਇੱਕ ਕਿ ਭਾਅ ਜੀ ਇਹ ਨਾ ਆਪਣੇ ਇੱਥੇ ਭਾਗੋਵਾਲ ਦੇ ਲਾਗੇ ਐਕਸੀਡੈਂਟ ਹੋਇਆ ਵਾ ਅਤੇ ਤੁਹਾਡਾ ਬ੍ਰਦਰ ਵਾ ਅਤੇ ਤੁਸੀਂ ਵੈਰੀਫਾਈ ਕੀਤਾ ਵਾ, ਤੁਹਾਨੂੰ ਮੁਲਾਜ਼ਮਾਂ ਨੇ ਦੱਸਿਆ ਵਾ? ਹਾਂਜੀ, ਆਪਾਂ ਕਹਿੰਦੇ ਦੱਸਿਆ ਜੀ ਸਾਨੂੰ। ਅਤੇ ਆਪਾਂ ਉਸ ਜਗ੍ਹਾ 'ਤੇ ਜਾ ਕੇ ਵੇਖਣਾ ਸੀ ਗਾ ਹਾਲੇ, ਅਤੇ ਸਾਨੂੰ ਪਹਿਲਾਂ ਹੀ ਸਾਰੇ ਆ ਗਏ, ਇੱਕ ਮੈਸੇਜ ਆ ਗਏ, ਪੁਲਿਸ ਵਾਲੇ ਆ ਗਏ ਸਾਡੇ ਕੋਲ, ਸਾਨੂੰ ਕਹਿੰਦੇ ਕਿ ਤੁਹਾਡੇ ਬ੍ਰਦਰ ਦੀ ਇੱਦਾਂ ਡੈਥ ਹੋ ਗਈ ਆ। ਅਤੇ ਜਿਹੜੇ ਨਾਲ ਸੀਗੇ ਮੁੰਡੇ ਉਹਨਾਂ ਨੂੰ ਇਹਨਾਂ ਨੇ ਇੰਨਾ ਵੀ ਨਹੀਂ ਕੀਤਾ ਹੈਗਾ ਕਿ ਚਲੋ ਜੇ ਨਾਲ ਗਏ ਹੋ ਤੁਸੀਂ ਉਹਨੂੰ ਲੈ ਕੇ ਗਏ ਹੋ ਅਤੇ ਉਹਨੂੰ ਹੋਸਪਿਟਲ ਤੱਕ ਪਹੁੰਚਾਓ ਜਾਂ ਕਿ ਉਹਨੂੰ ਐਂਬੂਲੈਂਸ 'ਚ ਭੇਜ ਦਿਓ, ਤੁਸੀਂ ਹੋਸਪਿਟਲ ਆਪ ਨਹੀਂ ਗਏ ਤਾਂ ਚਲੋ ਤੁਸੀਂ ਐਂਬੂਲੈਂਸ ਬੁਲਾ ਕੇ ਉਹਨੂੰ ਭੇਜ ਦਿਓ। ਅਤੇ ਉਹਨਾਂ ਨੇ ਇੰਨਾ ਵੀ ਨਹੀਂ ਕੀਤਾ ਹੈਗਾ, ਉਹ ਸਾਰੇ ਮਤਲਬ ਕਿ ਉੱਥੋਂ ਭਗੋਰੇ ਹੋ ਗਏ ਨੇ, ਉਹ ਭੱਜ ਗਏ ਨੇ। ਅਤੇ ਸਾਨੂੰ ਤਾਂ ਲੱਗਦਾ ਵਾ ਕਿ ਇਸ ਘਟਨਾ ਦਾ ਇਹ ਹੀ ਆ ਕਿ ਇਹਨਾਂ ਦਾ ਕਤਲ ਕਰਕੇ ਮੁੰਡੇ ਦਾ ਉਹਨੂੰ ਗੱਡੀ ਦੇ ਵਿੱਚ ਪਾ ਕੇ ਅਤੇ ਗੱਡੀ ਪੇੜ ਦੇ ਨਾਲ ਟਕਰਾ ਤੀ ਆ, ਉਹਨੂੰ ਐਕਸੀਡੈਂਟ ਦੱਸਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਆਪਾਂ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰ ਰਹੇ ਹਾਂ ਕਿ ਵੈਰੀਫਾਈ ਕਰਕੇ ਅਤੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਅਤੇ ਸਾਨੂੰ ਇਨਸਾਫ ਦਵਾਇਆ ਜਾਏ। ਬੀਤੀ ਰਾਤ ਪਿੰਡ ਭਾਗੋਵਾਲ ਕ੍ਰੋਸ ਕਰਕੇ ਜਿਹੜਾ ਇੱਕ ਹਾਦਸਾ ਵਾਪਰਿਆ ਸੀਗਾ, ਉਸ ਹਾਦਸੇ ਸੰਬੰਧੀ ਨੀਰਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਟਾਲੇ ਦੇ ਰਹਿਣ ਵਾਲੇ ਆ, ਉਹਨਾਂ ਨੇ ਸਾਡੇ ਕੋਲ ਇੱਕ ਕਿਲ੍ਹਾ ਲਾਲ ਸਿੰਘ ਵਾਲੇ ਬਿਆਨ ਲਿਖਵਾਇਆ ਕਿ ਉਹ ਆਪਣੇ ਕੰਮਕਾਰ ਸੰਬੰਧੀ ਕਲੈਸ਼ਨ ਕਰਕੇ ਕਲਾਨੌਰ ਤੋਂ ਕਿਲ੍ਹਾ ਲਾਲ ਸਿੰਘ ਵਾਲੇ ਨੂੰ ਆ ਰਹੇ ਸੀਗੇ। ਇੱਕ ਜਿਹੜੀ ਸੈਂਟਰੋ ਕਾਰ ਜਿਹੜੀ ਬਹੁਤ ਹੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰੀ ਨਾਲ ਇੱਕ ਕੋਈ ਪਰਸਨ ਜਿਹੜਾ ਇਹਨਾਂ ਦੇ ਕੋਲ ਦੀ ਚਲਾ ਕੇ ਮੈਨੂੰ ਲੰਘਦਾ ਆ, ਮੁੜ ਕੇ ਥੋੜ੍ਹੇ ਸਮੇਂ ਬਾਅਦ ਜਦੋਂ ਇਹ ਆੜ ਕੇ ਦੇਖਦੇ ਆ ਵੀ ਕਾਰ ਜਿਹੜੀ ਇੱਕ ਦਰਖਤ ਨਾਲ ਟਕਰਾਈ ਹੋਈ ਸੀ। ਜਦੋਂ ਇਹਨਾਂ ਨੇ ਦੇਖਿਆ ਉਸ ਕਾਰ ਨੂੰ ਵਿਸ਼ਾਲ ਕੁਮਾਰ ਜਿਹੜਾ ਚਲਾ ਰਿਹਾ ਸੀਗਾ, ਜਦੋਂ ਇਹਨਾਂ ਨੇ ਗਾਂਹ ਅੱਗੇ ਜਦ ਦੇਖਿਆ ਵੀ ਕਾਰ ਬੁਰੀ ਤਰ੍ਹਾਂ ਜਿਹੜੀ ਹਾਦਸਾਗ੍ਰਸਤ ਹੋਈ ਸੀ ਅਤੇ ਕਾਰ ਦੇ ਵਿੱਚ ਇਹਨਾਂ ਦਾ ਬ੍ਰਦਰ ਜਿਹੜਾ ਆ ਖੂਨ ਨਾਲ ਲੱਥਪੱਥ ਹੋਇਆ ਜ਼ਖਮੀ ਹਾਲਤ ਵਿੱਚ ਪਿਆ ਸੀ, ਰਾਹੁਲ ਕੁਮਾਰ। ਔਰ ਉਹ ਜਿਹੜਾ ਵਿਸ਼ਾਲ ਕੁਮਾਰ ਆ ਮੌਕਾ ਤੋਂ ਜਿਹੜਾ ਭੱਜਣ ਦਾ ਇਹਨਾਂ ਦੇ ਕਹਿਣ ਦੇ ਬਾਵਜੂਦ ਇਹਨਾਂ ਦੇ ਬਿਆਨ ਤੱਕ ਜਿਹੜਾ ਵਿਸ਼ਾਲ ਕੁਮਾਰ ਉੱਥੋਂ ਮੌਕਾ ਤੋਂ ਭੱਜ ਗਿਆ, ਜਿਹੜਾ ਰਾਹੁਲ ਕੁਮਾਰ ਸੀ ਇਹਨਾਂ ਦਾ ਬ੍ਰਦਰ ਇਹਨਾਂ ਦੇ ਹੱਥਾਂ ਦੇ ਵਿੱਚ ਅਤੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਦਮ ਤੋੜ ਗਿਆ, ਇਹਨਾਂ ਨੇ ਉਹ ਬਿਆਨ ਲਿਖਾਇਆ ਅਤੇ ਅਸੀਂ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ 304 IPC ਅਤੇ 120B ਦੇ ਵਿੱਚ ਜਿਹੜਾ ਮੁਕੱਦਮਾ ਇੱਥੇ ਕਿਲ੍ਹਾ ਲਾਲ ਸਿੰਘ ਵਾਲੇ ਦਰਜ ਕੀਤਾ ਅਤੇ ਅਸੀਂ ਜਿਹੜਾ ਉਹ ਵਿਸ਼ਾਲ ਕੁਮਾਰ ਜਾਂ ਉਹਦੀ ਕੋਈ ਵੀ ਹੋਰ ਮਦਦ ਕਰਨ ਵਾਲਾ ਇਸ ਹਾਦਸੇ ਵਿੱਚ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਸੀਂ ਗ੍ਰਿਫਤਾਰ ਕਰ ਲਵਾਂਗੇ।